ਕਾਂਗਰਸ ਦੇ ਸਟਾਰ ਪ੍ਰਚਾਰਕ ਬਣ ਕੇ ਨਵਜੋਤ ਸਿੰਘ ਸਿੱਧੂ ਇਸ ਵੇਲੇ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਬਾਰੇ ਆਪਣੀ ਪਾਰਟੀ ਲਈ ਪ੍ਰਚਾਰ ਕਰ ਰਹੇ ਨੇ। ਇਸੇ ਦੌਰਾਨ ਕਈ ਵਾਰ ਸਿੱਧੂ ਦੇ ਮੂੰਹ ਤੋਂ ਅਜਿਹੇ ਬਿਆਨ ਨਿਕਲ ਜਾਂਦੇ ਨੇ ਜਿਸ ਕਾਰਨ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਜਾਂਦੇ ਨੇ। ਕਾਂਗਰਸ ਵੱਲੋਂ ਰਾਫੇਲ ਮੁੱਦੇ ਨੂੰ ਲੈ ਕੇ ਲਗਾਤਾਰ ਭਾਜਪਾ ਦੇ ਨਿਸ਼ਾਨੇ ਸਾਧੇ ਜਾ ਰਹੇ ਨੇ। ਕਾਂਗਰਸ ਦੇ ਇਸੇ ਰਵੱਈਏ ਨੂੰ ਲੈ ਕੇ ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਨਵਜੋਤ ਸਿੰਘ ਸਿੱਧੂ ਤੇ ਸ਼ਬਦੀ ਹਮਲਾ ਕੀਤਾ। ਵਿਜ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਪਿਆਰਾ ਹੈ, ਇਸੇ ਲਈ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਗੁਣਗਾਨ ਕਰਦਾ ਰਹਿੰਦਾ ਹੈ। ਨਹੀਂ, ਨਵਜੋਤ ਸਿੰਘ ਸਿੱਧੂ ਤਾਂ ਮੈਂ ਪਹਿਲੇ ਵੀ ਕਿਹਾ ਹੈ ਕਿ ਇਹ ਤੋਂ ਬਿਨਾਂ ਸਿਰ ਪੈਰ ਕੀ ਬਾਤ ਕਰਤਾ ਹੈ ਔਰ ਇਹ ਪਾਕਿਸਤਾਨ ਕੇ ਇਸ਼ਾਰੇ ਪਰ ਬਾਤ ਕਰਤਾ ਹੈ। ਪਾਕਿਸਤਾਨ ਚਾਹਤਾ ਹੈ ਕਿ ਰਫਾਲ ਕੇ ਬਾਰੇ ਮੇਂ ਭਰਮ ਫੈਲਾ ਕਰ ਰੱਖਾ ਜਾਏ, ਤੋ ਯੇ ਉਨਕੇ ਏਜੰਡੇ ਕੇ ਸਾਥ ਚਲਤੇ ਹੈ, ਯੇ ਇਮਰਾਨ ਖਾਨ ਕੇ ਏਜੰਡੇ ਕੇ ਸਾਥ ਚਲਤੇ ਹੈ ਔਰ ਉਨ੍ਹੀਂ ਕੇ ਸਾਥ ਯੇ ਗਲਬਈਆਂ ਪਾਤੇ ਹੈ। ਆਪਣੇ ਪ੍ਰਧਾਨ ਮੰਤਰੀ ਕੋ, ਹਮਾਰੇ ਪ੍ਰਧਾਨ ਮੰਤਰੀ ਕੋ ਕਿਤਨੇ ਦੇਸ਼ੋ ਸੇ ਇਨਾਮ ਮਿਲਾ, ਵੋ ਪ੍ਰਧਾਨ ਮੰਤਰੀ ਕੋ ਮਿਲਾ ਹੈ, ਨਰਿੰਦਰ ਮੋਦੀ ਕੋ ਨਹੀਂ ਮਿਲਾ। ਇਨਕੇ ਟੁੱਟੇ ਮੂੰਹ ਸੇ ਏਕ ਕੇ ਮੂੰਹ ਸੇ ਵੀ ਵਧਾਈ ਨਹੀਂ ਨਿਕਲੀ। ਏਕ ਨੇਤਾ ਕੇ, ਚਾਹੇ ਵੋ ਰਾਹੁਲ ਗਾਂਧੀ ਹੋ ਚਾਹੇ ਕੋਈ ਹੋਰ ਨੇਤਾ ਹੋ, ਵਧਾਈ ਨਹੀਂ ਨਿਕਲੀ ਔਰ ਪਾਕਿਸਤਾਨ ਕਾ ਗੁਣਗਾਨ ਕਰਤੇ ਹੈ। ਵਿਜ ਨੇ ਕਿਹਾ ਕਿ ਰਾਫੇਲ ਬਾਰੇ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਅਸਲ ਤੱਥ ਲੋਕਾਂ ਤੱਕ ਪਹੁੰਚਣ ਤੋਂ ਰੋਕ ਰਹੀ ਹੈ। ਦੇਖੀਏ, ਇਹ ਦੁਸ਼ਪ੍ਰਚਾਰ ਹੈ। ਰਾਫੇਲ ਡੀਲ ਮੇਂ ਰਾਸ਼ਟਰ ਕੋ ਗੁੰਮਰਾਹ ਕੀਆ ਜਾ ਰਹਾ ਹੈ। ਜੋ ਕੁਛ ਯੇ ਕਹਿ ਰਹੇ ਹੈ ਉਹ ਸਾਰਾ ਗਲਤ ਹੈ। 30,000 ਕਰੋੜ ਕਾ 3% ਕੇਵਲ ਆਫਸੈਟ ਰਿਲਾਇੰਸ ਕੋ ਮਿਲਾ ਹੈ, ਬਾਕੀ 89 ਕੰਪਨੀਆਂ ਹੈ ਔਰ ਇਹ ਡਿਸਾਲਟ ਨੇ ਖੁਦ ਤੈਅ ਕੀਆ ਹੈ। ਅਬ ਇਹ ਲੋਕੋਂ ਕੋ ਗੁੰਮਰਾਹ ਕਰ ਰਹੇ ਹੈ ਬਿਨਾਂ ਕਿਸੀ ਤੱਥਯ ਕੇ। ਆਰੋਪ ਲਗਾਏ ਜਾਤੇ ਹੈ ਉਸਕਾ 2%, 5%, 4%, ਆਪਕੇ ਪਾਸ ਕੋਈ ਤੱਥਯ ਤੋ ਹੋ। ਤੱਥਯ ਯੇ ਲੋਕ ਸਭਾ ਮੇਂ ਨਹੀਂ ਬਤਾ ਪਾਏ, ਤੱਥਯ ਯੇ ਸੁਪਰੀਮ ਕੋਰਟ ਮੇਂ ਨਹੀਂ ਬਤਾ ਪਾਏ, ਤੱਥਯ ਯੇ ਲੋਕੋਂ ਕੀ ਅਦਾਲਤ ਮੇਂ ਨਹੀਂ ਬਤਾ ਪਾਏ, ਤੋ ਕਿਸ ਬਾਤ ਕਾ ਆਰੋਪ। ਜਬ ਸਭ ਨੇ ਸਾਫ਼ ਪਾਕ ਕਰ ਦਿਆ, CAG ਨੇ ਸਾਫ਼ ਕਰ ਦਿਆ, ਤੋ ਫਿਰ ਆਰੋਪ ਕਿਸ ਬਾਤ। ਕੇਵਲ ਝੂਠ ਬੋਲਣਾ, ਕਾਂਗਰਸ ਪਾਰਟੀ ਝੂਠ ਬੋਲਣੇ ਕੀ ਫੈਕਟਰੀ ਹੈ, ਯਹਾਂ ਪਰ ਝੂਠ ਕੇ ਨਿਰਮਾਣ ਕੀਆ ਜਾਤਾ ਹੈ ਔਰ ਇਨਕੇ ਕਾਰਯਕਰਤਾਓਂ ਕੋ ਇਨ੍ਹੋਂਨੇ ਕੋਈ ਸਕੂਲ ਖੋਲ ਰੱਖਾ ਹੈ ਜਹਾਂ ਪਰ ਝੂਠ ਬੋਲਣੇ ਕੀ ਟ੍ਰੇਨਿੰਗ ਦੀ ਜਾਤੀ ਹੈ ਕਿ ਕੈਸੇ ਝੂਠ ਬੋਲਣਾ। ਇਹ ਝੂਠੀ ਪਾਰਟੀ ਹੈ। ਵਿਜ ਅਨੁਸਾਰ ਕਾਂਗਰਸ ਇੱਕ ਝੂਠ ਦੀ ਫੈਕਟਰੀ ਹੈ ਤੇ ਲੋਕਾਂ ਤੱਕ ਝੂਠ ਪਹੁੰਚਾਉਂਦੀ ਹੈ, ਆਪਣੇ ਵਰਕਰਾਂ ਨੂੰ ਝੂਠ ਹੀ ਸਿਖਾਉਂਦੀ ਹੈ। ਖੈਰ, ਸਿਆਸਤ ਦਾ ਦੂਜਾ ਨਾਮ ਦੂਸ਼ਣਬਾਜ਼ੀ ਹੀ ਹੈ, ਕਿਉਂਕਿ ਹਰ ਇੱਕ ਪਾਰਟੀ ਲੋਕਾਂ ਦੀ ਭਲਾਈ ਦਾ ਕੰਮ ਨਾ ਕਰਕੇ ਆਪਣੇ ਵਿਰੋਧੀਆਂ ਖਿਲਾਫ ਹਰ ਵੇਲੇ ਕੂੜ ਪ੍ਰਚਾਰ ਕਰਦੀਆਂ ਨਜ਼ਰ ਆਉਂਦੀਆਂ ਨੇ। ਅੰਬਾਲਾ ਤੋਂ BS ਗੁਲਾਨੀ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ। ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਸਰਵਿਸਿਜ਼ ਨੂੰ 92563 92563 'ਤੇ।